ਕੇਂਦਰ ਨੇ ਕਿਹਾ ਹੈ ਕਿ ਦੇਸ਼ ਵਿੱਚ ਖੰਡ ਲੋੜੀਂਦੀ ਮਾਤਰਾ ਵਿੱਚ ਉਪਲਬਧ ਦੇ ਖਪਤਕਾਰ ਮਾਮਲਿਆਂ ਖੁਰਾਕ ਤੇ ਜਨਤਕ ਵੰਡ ਮੰਤਰਾਲਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਪਿਛਲੇ ਮਹੀਨੇ ਤੱਕ ਭਾਰਤ ਕੋਲ ਤਕਰੀਬਨ ਲਗਭਗ 108 ਲੱਖ ਮੀਟ੍ਰਿਕ ਟਨ ਖੰਡ ਦਾ ਸਟਾਕ ਉਪਲਬਧ ਹੈ ਮੰਤਰਾਲੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਮੌਜੂਦਾ ਖੰਡ ਸੀਜ਼ਨ ਸਤੰਬਰ ਅਕਤੂਬਰ ਦੇ ਬਾਕੀ ਮਹੀਨਿਆਂ ਲਈ ਕਰੇਲੂ ਮੰਗ ਨੂੰ ਪੂਰਾ ਕਰਨ ਲਈ ਕਾਫੀ ਹੈ ਬੁਲਾਰੇ ਨੇ ਦੱਸਿਆ ਕਿ ਸੀਜ਼ਨ ਦੇ ਅੰਤ ਤੱਕ ਤਕਰੀਬਨ 68 ਲੱਖ ਮੀਟ੍ਰਿਕ ਟਨ ਦੇ ਸਟਾਕ ਦੀ ਲੋੜ ਹੈ ਇਸ ਮੇਂ ਆ ਦੌਰਾਨ ਦੇਸ਼ ਵਿੱਚ 330 ਲੱਖ ਮੀਟ੍ਰਿਕ ਟਨ ਖੰਡ ਦਾ ਉਤਪਾਦਨ ਹੋਣ ਦੀ ਸੰਭਾਵਨਾ ਹੈ ਜਦ ਕਿ ਇਥਨੋਲ ਉਤਪਾਦਨ ਲਈ ਤਕਰੀਬਨ 43 ਲੱਖ ਮੀਟ੍ਰਿਕ ਟਨ ਦੀ ਲੋੜ ਹੈ ਮੰਤਰਾਲਾ ਨੇ ਪ੍ਰੋਸਾ ਦਵਾਇਆ ਕਿ ਘਰੇਲੂ ਖਪਤਕਾਰਾਂ ਨੂੰ ਸਾਲ ਪਰ ਵਾਜਬ ਕੀਮਤ ਤੇ ਖੰਡ ਮਿਲਦੀ ਰਹੇਗੀ ਇਹ ਵੀ ਕਿਹਾ ਗਿਆ ਹੈ ਕਿ ਕੌਮਾਂਤਰੀ ਕੀਮਤਾਂ ਵਿੱਚ ਰਿਕਾਰਡ ਵਾਧਾ ਹੋਣ ਦੇ ਬਾਵਜੂਦ ਦੇਸ਼ ਵਿੱਚ ਔਸਤਨ ਪਰਚੂਨ ਖੰਡ ਦੀ ਕੀਮਤ ਤਕਰੀਬਨ 43 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬਣੀ ਹੋਈ ਹੈ ਜਿਹੜੀ ਪਿਛਲੇ ਦਹਾਕੇ ਵਿੱਚ ਸਾਲਾਨਾ ਮਹਿੰਗਾਈ ਦਰ ਤੋਂ ਵੀ ਘੱਟੇ